ਲੁਧਿਆਣੇ ਪਰਸੋਂ ਰਾਤ ਨੂੰ ਭਾਨੇ ਨੂੰ CI ਸਟਾਫ ਦੇ ਵਿੱਚ ਨੰਗਾ ਕਰਕੇ, ਇੰਨੀ ਠੰਡ ਆ ਆਪਣੇ ਇੱਥੇ ਇੰਨੇ ਨੇ ਕੱਪੜੇ ਪਾਏ ਆ, ਆਪਣੇ ਹੱਥ ਪੈਰ ਠਰਦੇ ਆ, ਉਹ ਬੰਦੇ ਨੂੰ ਰਾਤ ਨੂੰ CI ਸਟਾਫ 'ਚ ਨੰਗਾ ਕਰਕੇ ਬਾਹਰ ਵਿਹੜੇ 'ਚ ਬੰਨ ਦਿੱਤਾ ਜਾਂਦਾ ਹੈ। ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਹੈ ਅਤੇ ਭਗਵੰਤ ਮਾਨ ਉੱਥੋਂ ਦੇ CP ਨੂੰ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜ। ਇਹ ਬੁੱਚੜਪਣਾ ਨਹੀਂ ਤਾਂ ਹੋਰ ਕੀ ਆ। ਭਾਨੇ ਨੇ ਤਾਂ ਕੀ ਨੁਕਸਾਨ ਕਰਤਾ ਐਡਾ, ਉਹ ਕੀ ਅੱਤਵਾਦੀ ਆ ਭਾਨਾ? ਕੋਈ ਭਾਨਾ ਗੈਂਗਸਟਰ ਆ? ਭਾਨੇ ਨੇ ਬਲਾਤਕਾਰ ਕਿਸੇ ਦਾ ਕੀਤਾ? ਕਿਸੇ ਦਾ? ਉਹਦੇ ਕੋਲੋਂ ਕੁੱਟ ਕੇ ਕਹਾਇਆ ਗਿਆ ਕਿ ਮੈਂ ਦੁਬਾਰਾ ਭਗਵੰਤ ਮਾਨ ਦੇ ਖਿਲਾਫ਼ ਨਹੀਂ ਬੋਲੂੰਗਾ। ਇਹ ਇਸ ਲਈ ਲੋਕਾਂ ਨੇ ਇਹ ਚੁਣਿਆ ਸੀ ਯਾਰ, ਇਸੇ ਬੀਬੀ ਦੇ ਉੱਤੇ ਜਿਹਨੇ ਭਾਨੇ ਦੇ ਪਰਚਾ ਕਰਾਇਆ। 420 ਦੇ ਮੁਕੱਦਮੇ ਦਰਜ ਹੋਏ ਵੇ ਠੱਗੀ ਦੇ। ਕਿੰਨੇ ਲੋਕਾਂ 'ਚ ਲੋਕ ਬੋਲ ਰਹੇ ਆ ਕਿ ਭਾਨੇ ਸਾਡਾ 10 ਲੱਖ ਮੰਡਵਾਇਆ, ਸਾਡਾ 20 ਮੰਡਵਾਇਆ, ਅਸੀਂ ਦੇਣਾ ਵੀ ਚਾਹੁੰਦੇ ਸੀ ਵੀ 1 ਲੱਖ ਰੁਪਇਆ ਲੈ ਲਾ, ਸਾਂਝੇ ਸਾਂ 'ਤੇ ਲਾ ਦੇ। ਉਹਨੇ ਰੁਪਈਆ ਕਿਸੇ ਦਾ 5 ਪੈਸੇ ਚਾਹ ਨਹੀਂ ਪੀਤੀ ਕਿਸੇ ਕੋਲ। ਇਹ ਬੁੱਚੜਪਣੇ ਦੀਆਂ ਹੱਦਾਂ ਪਾਰ ਕਰ ਰਿਹਾ ਭਗਵੰਤ, ਕਿ ਰੱਬ ਦਾ ਖੌਫ ਖਾ, ਅੱਤ ਅਤੇ ਖੁਦਾ ਦਾ ਵੈਰ ਹੁੰਦਾ ਹੈ। ਇੰਨਾ ਹੰਕਾਰ ਚੰਗਾ ਨਹੀਂ। ਇਹ ਪਾਵਰਾਂ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇੰਨਾ ਨਹੀਂ ਚਾਹੀਦਾ। ਇੰਨਾ ਨਿੱਜੀ ਹੋ ਕੇ ਤੂੰ ਦੁਸ਼ਮਣੀਆਂ ਕੱਢ ਰਿਹਾ ਯਾਰ। ਸ਼ਦੋ ਤੋਂ ਬਾਅਦ ਭਾਨਾ ਜਿਹਾ ਲੱਖਾਂ ਪੈਰ ਪਿੱਛੇ ਵੱਟੂ। ਉਹ ਕਹਿੰਦੇ ਉਖਲੀ ਸਿਰ ਮੋਹਲਿਆਂ ਦਾ ਕੀ ਡਰ, ਜੇ ਕੱਫਣ ਬੰਨ ਕੇ ਤੁਰੇ ਹਾਂ ਤਾਂ ਫਿਰ ਤੁਰੇ। ਪਰ ਅਪੀਲ ਆ ਲੋਕਾਂ ਨੂੰ ਕਿ ਜਾਣ ਤੋਂ ਬਾਅਦ ਨਾ ਗੱਲਾਂ ਚੇਤਾ ਕਰਿਆ ਕਰੋ, ਜਿਉਂਦੇ ਜੀ ਨਾਲ ਖੜੋ। ਭਾਨੇ ਦੇ ਲਈ ਯਾਤਰਾ ਰੋਕਣੀ ਵੀ ਰੋਕੋਗੇ? ਬਿਲਕੁਲ ਰੋਕ ਰਹੇ ਹਾਂ, ਯਾਤਰਾ ਹੀ ਰੋਕ ਰਹੇ ਹਾਂ, ਰੋਕ ਕੇ ਉਧਰ ਜ਼ੋਰ ਲਾਵਾਂਗੇ। ਹੁਣ ਭਾਨੇ ਦੇ ਲਈ ਫਿਰ ਲੱਖਾਂ ਦਾਣਾ ਕੀ ਕਰੂ? 27 ਤਰੀਕ ਨੂੰ ਉਹਦੇ ਪਿੰਡ ਵੱਡਾ ਇਕੱਠ ਰੱਖਿਆ ਕੋਰਟ ਦੋਨੇ। ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿਹਦਾ ਜ਼ਮੀਰਾਂ ਜਾਉਂਦੀਆਂ ਹੈਗੀਆਂ ਜਾਗਦੀਆਂ, ਤਾਂ ਬਾਈ ਸਾਡੇ ਨਾਲ ਖੜ ਜਾਓ ਆ ਕੇ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਕਰੇਵਾਲ। ਪਿਛਲੇ ਦਿਨੀ ਭਾਨੇ ਸਿੱਧੂ ਦੇ ਉੱਪਰ ਪਰਚਾ ਦਰਜ ਹੁੰਦਾ ਹੈ ਅਤੇ ਬੀਤੇ ਕੱਲ੍ਹ ਲੱਖੇ ਸਿਧਾਣੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਂਦੇ ਆ ਕਿ ਭਾਨੇ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਹੋਇਆ, ਇਹ ਸਭ ਜਾਣਨ ਦੇ ਲਈ ਪਹੁੰਚੇ ਹਾਂ। ਲੱਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਚੀਜ਼ਾਂ ਗੱਲ ਰਾਤ ਤੁਸੀਂ ਜਿਹੜੇ ਖੁਲਾਸੇ ਕੀਤੇ, ਮੈਂ ਚਾਹੂੰਗਾ ਜਿਹੜਾ ਖੁੱਲ੍ਹ ਕੇ ਉਹਦੇ ਬਾਰੇ ਦੱਸਿਓ, ਕਿਉਂਕਿ ਕੋਈ ਐਡੀ ਵੱਡੀ ਧਾਰਾ ਜਿਹੜੀ ਆ ਲੱਖੇ ਉਹ ਨਹੀਂ ਲੱਗੀ, 10,000 ਦੀ ਜਿਹੜੀ ਹੈਗੀ ਆ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਨੇ ਕਿ ਭਾਈ ਧਮਕੀ ਦਿੱਤੀ ਆ। ਅਤੇ ਤੁਸੀਂ ਕੱਲ੍ਹ ਬੜਾ ਕੁਝ ਆਖ ਦਿੱਤਾ ਕਿ ਤਸ਼ੱਦਦ ਕੀਤੇ ਗਏ, ਜਿਹੜਾ ਹੈਗਾ ਅਲਫਨੰਗਾ ਜਿਹੜਾ ਉਹਨੂੰ ਕੀਤਾ ਗਾ, ਬਹੁਤ ਕੁਝ ਕਿਹਾ। ਇੱਥੇ ਲੋਕਾਂ ਨੇ ਕੈਪਟਨ ਨੂੰ ਬਹੁਤ ਕੁਝ ਕਿਹਾ ਵੀ ਇਹ ਅਜਾਸ਼ ਹੈ, ਰੂਸਾਂ ਨੂੰ ਰੱਖੀ ਫਿਰਦਾ, ਬੜਾ ਕੁਛ ਹੋਇਆ। ਉਹਨੇ ਲੋਕਾਂ 'ਤੇ ਕਿੰਨਾ ਕੁ ਐਸਲੋਟ ਕੀਤਾ ਜਿੰਨਾ ਜਿਹੜੀ ਗੱਲ 'ਤੇ ਇਹ ਉਤਰਿਆ ਖੜਾ। 384 ਦਾ ਮੁਕੱਦਮਾ, ਇੱਕ ਜਿਹੜੀ ਠੱਗ ਕੋਈ ਹੈਗੀ ਹੈਗੀ ਏਜੰਟ ਉਹਦੇ ਵੱਲੋਂ, ਜਿਹਦੇ 420 ਦੇ ਮੁਕੱਦਮੇ ਦਰਜ ਨੇ ਪਹਿਲਾਂ, ਉਹਦੇ ਵੱਲੋਂ ਪਰਚਾ ਦਰਜ ਕਰਾਇਆ ਜਾਂਦਾ, ਭਾਨੇ ਨੂੰ ਚੱਕ ਲਿਆ ਜਾਂਦਾ। ਪਹਿਲਾਂ ਧਨੌਲੇ ਥਾਣੇ 'ਚ ਬੁਲਾਇਆ ਜਾਂਦਾ ਵੀ ਤੇਰੀ ਜਾਨ ਨੂੰ ਖਤਰਾ, ਫਿਰ ਉੱਥੋਂ ਲੁਧਿਆਣੇ ਦੇ ਦਿੱਤਾ ਜਾਂਦਾ। ਲੁਧਿਆਣੇ ਪਰਸੋਂ ਰਾਤ ਨੂੰ ਭਾਨੇ ਨੂੰ CI ਸਟਾਫ ਦੇ ਵਿੱਚ ਨੰਗਾ ਕਰਕੇ, ਇੰਨੀ ਠੰਡ ਆ ਆਪਣੇ ਇੱਥੇ ਇੰਨੇ ਨੇ ਕੱਪੜੇ ਪਾਏ ਆ, ਆਪਣੇ ਹੱਥ ਪੈਰ ਠਰਦੇ ਆ, ਉਹ ਬੰਦੇ ਨੂੰ ਰਾਤ ਨੂੰ CI ਸਟਾਫ 'ਚ ਨੰਗਾ ਕਰਕੇ ਬਾਹਰ ਵਿਹੜੇ 'ਚ ਬੰਨ ਦਿੱਤਾ ਜਾਂਦਾ ਹੈ। ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਹੈ ਅਤੇ ਭਗਵੰਤ ਮਾਨ ਉੱਥੋਂ ਦੇ CP ਨੂੰ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜ। ਇਹ ਬੁੱਚੜਪਣਾ ਨਹੀਂ ਤਾਂ ਹੋਰ ਕੀ ਆ। ਇਹ ਜਿਹੜਾ ਹੈਗਾ ਵਰਤਾਰਾ, ਇਹ ਕਿੰਨਾ ਗੈਰ ਮਨੁੱਖੀ ਵਰਤਾਰਾ। ਆਪਾਂ ਗੱਲ ਕਰਦੇ ਰਹੇ ਹਾਂ 80-90 ਦੇ ਦਹਾਕੇ ਦੇ ਦੌਰ ਦੀ ਗੱਲ ਕਰਦੇ ਹਾਂ ਕਿ ਉਦੋਂ ਥਾਣਿਆਂ ਦੇ ਵਿੱਚ ਨੰਗੇ ਕਰਕੇ, ਆਪਾਂ ਹੁਣੇ ਹੁਣੇ ਘਟਨਾ ਸਾਡੇ ਸਾਹਮਣੇ ਇੱਕ ਸਾਹਮਣੇ ਆਈ ਹੈ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕਿਵੇਂ ਠੰਡੇ ਰਾਤਾਂ ਦੇ ਵਿੱਚ ਬਾਹਰ ਨੰਗਾ ਕਰਕੇ ਸੁੱਟ ਕੇ ਕੁੱਟ ਕੇ ਸੁੱਟ ਦਿੱਤਾ ਜਾਂਦਾ ਸੀ, ਕਿਵੇਂ ਚੱਡੇ ਪਾੜ ਦਿੱਤੇ ਜਾਂਦੇ ਸੀ। ਕੀ ਇੱਕ ਭਾਨਾ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਲਈ ਐਡਾ ਖਤਰਾ ਖੜਾ ਹੋ ਗਿਆ ਕਿ ਮੁੱਖ ਮੰਤਰੀ ਉੱਥੋਂ ਦੇ CP ਨੂੰ ਕਵੇ ਕਿ ਮੈਨੂੰ ਇਹਦੀ ਨੰਗੇ ਕਰਕੇ, ਇਹਦੀ ਕੁੱਟ ਕੇ ਅਤੇ ਮੈਨੂੰ ਵੀਡੀਓ ਬਣਾ ਕੇ ਭੇਜ, ਅਤੇ ਉਹਦੇ ਕੋਲੋਂ ਕੁੱਟ ਕੇ ਕਹਾਇਆ ਗਿਆ ਕਿ ਮੈਂ ਦੁਬਾਰਾ ਭਗਵੰਤ ਮਾਨ ਦੇ ਖਿਲਾਫ਼ ਨਹੀਂ ਬੋਲੂੰਗਾ। ਇਹ ਇਸ ਲਈ ਲੋਕਾਂ ਨੇ ਇਹ ਚੁਣਿਆ ਸੀ ਯਾਰ,
ਮੈਂ ਗੱਲ ਕਹਿਣਾ ਚਾਹੁੰਦਾ, ਆਹ ਪਿੰਡ ਦੇ ਲੋਕ ਖੜ੍ਹੇ ਨੂੰ ਪੁੱਛਿਓ, ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋਣਾ ਚਾਹੀਦਾ। ਰੋਜ਼ ਮਾਵਾਂ ਦੇ ਪੁੱਤ ਮਰਦੇ ਆ, ਅਸੀਂ ਜਿੰਨਾ ਪਿੰਡਾਂ 'ਚ ਵੀ ਜਾਂਦੇ ਕਦੇ 5 ਮਰੇ, ਕਦੇ 7 ਮਰੇ, ਕਦੇ 10 ਮਰੇ ਆ। ਰਾਮਸਰ ਵਾਲੇ ਦੱਸਿਓ ਬਾਈ ਤੁਹਾਡੇ ਚਿੱਟੇ ਦੇ ਕੀ ਹਾਲਾਤ ਆ, ਪਿੰਡ ਵਾਲੇ ਦੱਸਿਓ ਬਾਈ, ਉੱਧਰ ਨੂੰ ਘੁਮਾ ਲਾ ਬਾਈ ਕੈਮਰਾ। ਹਾਂਜੀ ਬਹੁਤ ਮਾੜੇ ਆ ਜੀ, ਘਰ ਘਰ ਬੱਚੇ ਨੂੰ ਨੁਕਸਾਨ ਹੋ ਰਿਹਾ, ਇਹ ਸਹੀ ਗੱਲ ਹੈ, ਇਹ ਕੋਈ ਮਾੜੀ ਗੱਲ ਨਹੀਂ। ਤੁਸੀਂ ਗੱਲ ਕਰ ਰਹੇ ਆ ਨਾ, ਅਸੀਂ ਸਵਾਲ ਪੁੱਛਦੇ ਹਾਂ ਵੀ ਪੰਸਿਆਂ ਤੂੰ 4 ਹਫ਼ਤਿਆਂ ਦੇ ਵਿੱਚ, 4 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰਦਾ ਸੀ, 2 ਸਾਲ ਹੋ ਗਏ, ਕਿਉਂ ਨਹੀਂ ਹੋਇਆ? ਅਸੀਂ ਸਵਾਲ ਪੁੱਛਦੇ ਹਾਂ ਪੰਸਿਆਂ, ਤੂੰ ਕਹਿੰਦਾ ਸੀਗਾ ਮੈਂ VIP ਕਲਚਰ ਖਤਮ ਕਰ ਦੂੰਗਾ, ਇਹਨਾਂ ਦੀਆਂ ਬਾਦਲਾਂ ਦੀਆਂ ਦੂਜੇ ਲੀਡਰਾਂ ਦੀਆਂ ਟੈਂਕੀਆਂ ਅਤੇ ਬੱਸਾਂ ਦੇ ਫੁੱਟ ਮੈਂ, ਅੱਜ ਤੂੰ 800 ਕਰੋੜ ਰੁਪਈਆ ਕਾਹਦੇ ਲਈ ਰੱਖਿਆ? ਤੂੰ ਮਸ਼ਹੂਰੀਆਂ ਦੇ ਉੱਤੇ, ਐਡਾਂ ਦੇ ਉੱਤੇ, ਬਾਹਰਲੇ ਚੈਨਲਾਂ ਨੂੰ, ਅਖਬਾਰਾਂ ਨੂੰ ਇਸ਼ਤਿਹਾਰ ਦੇਣ ਲਈ ਖਰੀਦੇ ਹੋਏ ਚੈਨਲ ਆ ਤੇਰੇ ਕੋਲ, ਜੇ ਕੋਈ ਨਹੀਂ ਤੇਰੇ ਲੋਟ ਆਉਂਦਾ, ਕਾਬੂ ਆਉਂਦਾ ਕੋਈ ਪੱਤਰਕਾਰ, ਕੋਈ ਚੈਨਲ, ਉਹਦੇ ਉੱਤੇ ਤੂੰ ਪਰਚੇ ਵੀ ਕਰਾਏ ਹੈ, ਉਹਨਾਂ ਦੇ ਚੈਨਲ ਵੀ ਬੰਦ ਕਰਾਤੇ ਸਾਡੇ, ਇਹ ਉਹ ਤਮਾਮ ਸੰਭਾਲ ਨੇ, ਉਹਨਾਂ ਦੇ ਵਿੱਚੋਂ ਕਦੇ ਮੇਰੇ ਦੇ ਚਿੱਟੇ ਦਾ ਪਰਚਾ ਤਰਨ ਦਿੱਤਾ ਗਿਆ ਤੁਹਾਡੇ ਸਾਹਮਣੇ ਆ? ਸੁਖਪਾਲ ਸਿੰਘ ਖਹਿਰੇ ਨੂੰ ਬੰਦ ਕੀਤਾ ਗਿਆ ਉਹਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ, ਦਿੱਲੀ ਤੋਂ ਜਿਹੜੇ ਵਕੀਲ 1 ਘੰਟੇ ਦੀ 15-15 ਲੱਖ ਰੁਪਏ ਫੀਸ ਲੈਂਦੇ ਆ, ਜਦੋਂ ਕਿ ਇਹਨਾਂ ਕੋਲ ਆਪਣੇ ਕੋਲ 250 ਵਕੀਲ ਆ ਸਰਕਾਰੀ, ਉਹਨਾਂ ਨੂੰ ਛੱਡ ਕੇ ਉਹ ਵਕੀਲ ਖੜ੍ਹੇ ਕੀਤੇ ਵੀ ਖਹਿਰਾ ਬਾਹਰ ਨਾ ਆ ਜਾਏ, ਉਹਦੇ ਜਿਹੜੀ ਉਹਦੀ ਬੈਰਕ ਸੀਗੀ ਉਹਦੇ ਉੱਤੇ ਕੈਮਰਾ ਲਾਇਆ ਗਿਆ ਵੀ ਖਹਿਰਾ ਕਦੋਂ ਖਾਂਦਾ, ਕਦੋਂ ਉੱਡਦਾ, ਕਦੋਂ ਪੈਂਦਾ, ਕਦੋਂ ਕੀ ਟੇਢਾ ਪੈਂਦਾ, ਸਿੱਧਾ ਪੈਂਦਾ, ਇਕੱਲੀ ਇਕੱਲੀ ਹਰਕਤ ਉਹਦੀ ਉੱਥੇ ਬੈਠਾ ਦੇਖ ਰਿਹਾ ਸੀ। ਇਹ ਮੁੱਖ ਮੰਤਰੀ ਦਾ ਪੱਧਰ ਆ ਯਾਰ, ਅੱਜ ਤੂੰ ਹੈ, ਕੱਲ੍ਹ ਨੂੰ ਕੋਈ ਹੋਰ ਹੋਣਾ, ਤੂੰ ਦੁਸ਼ਮਣੀਆਂ ਤੂੰ ਕਿਹੜਾ ਕੱਢ ਰਿਹਾ ਇਸ ਤਰੀਕੇ ਨਾਲ ਯਾਰ? ਭਾਨੇ ਨੇ ਤਾਂ ਕੀ ਨੁਕਸਾਨ ਕਰਤਾ ਐਡਾ, ਉਹ ਕੀ ਅੱਤਵਾਦੀ ਆ ਭਾਨਾ? ਕੋਈ ਭਾਨਾ ਗੈਂਗਸਟਰ ਆ? ਭਾਨੇ ਨੇ ਬਲਾਤਕਾਰ ਕਿਸੇ ਦਾ ਕੀਤਾ ਕਿਸੇ ਦਾ? ਉਹ ਤਾਂ ਜਿਹੜੇ ਸਰਕਾਰ ਦੇ ਕੰਮ ਸੀ, ਲੱਖਾਂ ਨਹੀਂ ਕਰੋੜਾਂ ਰੁਪਈਆ ਭਾਨੇ ਨੇ ਏਜੰਟਾਂ ਤੋਂ ਕਢਾਇਆ, ਇਹ ਕੰਮ ਸਰਕਾਰ ਦੇ ਕਿ ਭਾਨੇ ਦੇ ਕਿ ਸਾਡੇ ਆ? ਕਈ ਸਾਲ ਹੋ ਗਏ, ਕਿੰਨੀਆਂ ਸਰਕਾਰਾਂ ਰਹੀਆਂ, ਹਰ ਸਰਕਾਰ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਲੋਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਵੱਜੀ ਆ ਪੰਜਾਬ 'ਚ। ਜਿਹੜਾ ਵੀ ਬੰਦਾ ਕੋਈ ਲੀਡਰਾਂ ਕੋਲ ਜਾਂਦਾ, ਉਹ ਕਹਿੰਦਾ ਸਾਨੂੰ ਕਿਹੜਾ ਪੁੱਛ ਕੇ ਦਿੱਤੇ ਸੀ, ਪੁਲਿਸ ਕੋਲ ਜਾਂਦਾ ਉੱਥੇ ਸੁਣਵਾਈ ਨਹੀਂ। ਜੇ ਭਾਨੇ ਨੇ ਸਾਡੇ ਕੋਲ ਰਿਕਾਰਡ ਪਿਆ ਵੀ 1 ਕਰੋੜ 60 ਲੱਖ ਰੁਪਈਆ ਲੋਕਾਂ ਦਾ ਵਾਪਸ ਕਰਾਇਆ, ਉਹ ਚੱਕ ਕੇ ਉਸੇ ਪਰਚੇ 'ਚ ਅੰਦਰ ਬੰਦ ਕਰਤਾ ਅਤੇ ਰਹਿੰਦਾ ਖੂੰਹਦਾ ਉਹਨੂੰ ਜਲੀਲ ਕੀਤਾ ਗਿਆ ਇਸ ਤਰੀਕੇ ਦੇ ਨਾਲ ਯਾਰ? ਜਿਹੜੇ ਸਵਾਲਾਂ ਤੁਸੀਂ ਗੱਲ ਕਰਦੇ ਹੋ, ਇਹਨਾਂ ਸਵਾਲਾਂ ਤੋਂ ਕੀ ਡਰ ਹੋ ਸਕਦਾ? ਕਿ ਸਵਾਲ ਜਿਵੇਂ ਤੁਸੀਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਸਵਾਲ ਪਸੰਦ ਨਹੀਂ, ਪਰ ਭਗਵੰਤ ਸਿੰਘ ਮਾਨ ਉਹ ਲੀਡਰ ਆ ਜਿਹੜੇ ਇਹਨਾਂ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਇਹਨਾਂ ਲੀਡਰਾਂ ਤੋਂ, ਇਹ ਲੀਡਰ ਤੁਹਾਡੀਆਂ ਵੋਟਾਂ ਦੇ ਨਾਲ ਬਣਦੇ, ਫਿਰ ਤੁਹਾਨੂੰ ਕੋਈ ਲੱਗਦਾ ਕਿ ਇਹ ਸਵਾਲ ਭਗਵੰਤ ਸਿੰਘ ਮਾਨ ਨੂੰ ਪਸੰਦ ਨਹੀਂ? ਦੱਸੋ ਬਈ ਪਿੰਡ ਵਾਲੇ ਭਗਵੰਤ ਨੂੰ ਹੁਣ ਖੜਨ ਦਿਓਗੇ ਕਿਤੇ? ਇਹ ਉਹੀ ਲੋਕ ਨੇ ਨਾ ਜਿਹਨਾਂ ਦੇ ਅੱਖਾਂ ਦਾ ਤਾਰਾ ਸੀ ਭਗਵੰਤ ਮਾਨ, ਸਿਰ 'ਤੇ ਬਿਠਾਇਆ ਸੀ ਲੋਕਾਂ ਨੇ, ਕਿੰਨਾ ਪਿਆਰ ਕਰਦੇ ਸੀ ਪਿਛਲੇ 40 ਸਾਲ ਤੋਂ, ਅਤੇ ਅੱਜ ਪਿੰਡ 'ਚ ਵੜ ਕੇ ਦਿਖਾਵੇ ਕਿਉਂ ਕੀਤਾ? ਗੱਲਾਂ ਦਾ ਕੜਾਹ ਬਣਾ ਬਣਾ ਲੋਕਾਂ ਨੂੰ ਦੇ ਗਿਆ, ਕਿਹੜਾ ਫਾਇਦਾ, ਕਿਹੜਾ ਪੰਜਾਬ ਦੀ ਗੱਲ ਕਰਦਾ ਯਾਰ? ਉਹ ਤਾਂ ਦੱਸੋ ਨਾ ਮਸਲਾ ਇਸ ਗੱਲ ਦਾ। ਇਸੇ ਕਰਕੇ ਮੈਂ ਤੁਹਾਨੂੰ ਉਸੇ ਦਿਨ ਕਹਿੰਦਾ ਸੀ, ਪਹਿਲੇ ਦਿਨ ਜਦੋਂ ਆਪਾਂ ਤੁਰੇ ਹਾਂ, ਮੈਂ ਕਿਸੇ ਵੀ ਤਰੀਕੇ ਨਾਲ ਸਾਡੀ ਯਾਤਰਾ ਰੋਕਣਗੇ, ਖਲ ਪਾਉਣਗੇ। ਇੱਕ ਉਹ ਕਰਤਾ ਭਾਨਾ ਰੋਜ਼ ਪ੍ਰਚਾਰ ਕਰਦੇ ਸਾਡੇ ਨਾਲ, ਸਾਡੀ ਟੀਮ ਦਾ ਮੈਂਬਰ, ਸਾਡਾ ਭਰਾ ਛੋਟਾ, ਇੱਥੋਂ ਚੱਕ ਕੇ ਲਿਜਾ ਕੇ ਉਹ ਚੱਕ ਕੇ ਸਿੱਟਤਾ। ਹੋ ਸਕਦਾ ਔਨਲਾਈਨ ਦਿਨਾਂ 'ਚ ਮੇਰੇ 'ਤੇ ਕੋਈ ਪਰਚਾ ਖੋਲ੍ਹ ਕੇ ਅੰਦਰ ਦੇ ਦੇਣ, ਤਾਂ ਹੁਣ ਭਾਨੇ ਦੇ ਲਈ ਫਿਰ ਲੱਖਾਂ ਦਾਣਾ ਕੀ ਕਰੂੰ? 27 ਤਰੀਕ ਨੂੰ ਉਹਦੇ ਪਿੰਡ ਵੱਡਾ ਇਕੱਠ ਰੱਖਿਆ, ਕੋਰਟ ਦਿੰਦੇ, ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹਦਾ ਜ਼ਮੀਰਾਂ ਜਾਉਂਦੀਆਂ ਹੈਗੀਆਂ ਜਾਗਦੀਆਂ ਤਾਂ ਬਾਈ ਸਾਡੇ ਨਾਲ ਖੜ੍ਹ ਜਾਓ ਆ ਕੇ, ਨਹੀਂ ਫਿਰ ਠੀਕ ਆ, ਮਗਰੋਂ ਜਦੋਂ ਸਾਡੇ ਵਰਗਾ ਕੋਈ ਮਰ ਜਾਂਦਾ ਉਦੋਂ ਬਾਅਦ ਭੋਗ 'ਤੇ ਇਕੱਠ ਕਰ ਲੈਂਦੇ ਹੋ, ਜਾਂ ਕੋਈ ਅੰਦਰ ਚੱਕ ਕੇ ਸਿੱਟ ਦਿੰਦਾ, ਫਿਰ ਉਹਦੇ ਹੱਕ 'ਚ ਪੋਸਟਾਂ ਪਾ ਕੇ ਲਾ ਦੁੱਖ ਜ਼ਾਹਰ ਕਰ ਦਿੰਦੇ ਹੋ, ਜਾਂਦੇ ਜੀ ਜਦੋਂ ਕੋਈ ਲੋੜ ਹੁੰਦੀ ਹੈ ਉਦੋਂ ਅਸੀਂ ਬਾਈ ਆਉਂਦੇ ਨਹੀਂ। ਅਤੇ ਜੇ ਭਾਨੇ ਦੇ ਲਈ ਯਾਤਰਾ ਰੋਕਣੀ ਵੀ ਰੋਕੋਗੇ? ਬਿਲਕੁਲ ਰੋਕ ਰਹੇ ਹਾਂ, ਯਾਤਰਾ ਅਸੀਂ ਰੋਕ ਰਹੇ ਹਾਂ, ਰੋਕ ਕੇ ਉੱਧਰ ਜ਼ੋਰ ਲਾਵਾਂਗੇ।
ਕੋਸ਼ਿਸ਼ ਤਾਂ ਇਹਨਾਂ ਦੀ ਇਹੀ ਰਹੀ ਹੈ ਨਾ ਵੀ ਕਿਸੇ ਨਾ ਤਰੀਕੇ ਨਾਲ ਯਾਤਰਾ ਨੂੰ ਰੋਕਿਆ ਜਾਵੇ, ਖਲ ਪਾਇਆ ਜਾਵੇ, ਰੁਕਾਵਟ ਪਾਈ ਜਾਵੇ। ਆਹ ਦੇਖੋ ਤੁਸੀਂ ਇੱਧਰ ਮੇਰਾ ਵੀਰ ਕੈਮਰਾ ਘੁਮਾ ਦੇ, ਮੈਂ ਰਾਮਸਰੇ ਪਿੰਡ ਖੜ੍ਹਾ, ਆ ਸਾਰੇ ਘੁਮਾ ਦੇ ਕੈਮਰਾ। ਠੰਡ ਦਾ ਮਹੀਨਾ, ਠੁਰ ਠੁਰ ਕਰੀ ਜਾਂਦੇ ਆ ਇਹ ਵਿਚਾਰੇ, ਦੋ ਕੈ ਘੰਟਿਆਂ ਉਡੀਕਦੇ ਆ ਬਾਈ, ਦੋ ਘੰਟਿਆਂ ਉਡੀਕਦੇ ਆ। ਇਹੀ ਖਤਰਾ, ਇਹੀ CID ਇੰਟੈਲੀਜੈਂਸ ਦੀ ਰਿਪੋਰਟ ਜਾਂਦੀ ਹੈ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਅਤੇ ਤੂੰ ਵੀ ਯਾਰ, ਤੈਨੂੰ ਲੋਕਾਂ ਨੇ ਚੁਣਿਆ ਹੈ ਨਾ, ਅਸੀਂ ਕਹਿੰਦੇ ਤੈਨੂੰ ਲੋਕਾਂ ਨੇ ਚੁਣਿਆ ਸੀ, ਤੂੰ ਲੋਕਾਂ ਦੇ ਕੰਮ ਕਰਦਾ। ਮੈਂ ਇਹਨਾਂ ਪਿੰਡਾਂ ਜਾ ਰਿਹਾ, ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੇ ਨਾਲ ਤੁਰੋ, ਮੈਂ ਕਹਿੰਦਾ ਮੈਂ ਜਿਹੜੀ ਗੱਲ ਕਹਿਣਾ ਉਹ ਸੁਣ ਲਓ। ਮੇਰੇ ਕੋਲ ਨਾ ਤਾਂ ਤੁਹਾਡੇ ਕੋਲ ਦੇਣ ਨੂੰ ਸਿਲੰਡਰ ਹੈ, ਨਾ ਦੇਣ ਨੂੰ ਹਜ਼ਾਰ ਹਜ਼ਾਰ ਰੁਪਇਆ ਖਾਤਿਆਂ 'ਚ ਹੈ। ਮੈਂ ਤਾਂ ਤੁਹਾਡਾ ਭਾਈਚਾਰਾ ਏਕਾ ਕਾਇਮ ਕਰਨਾ ਆ, ਜਿਹੜਾ ਪਿੰਡਾਂ ਦੇ ਵਿੱਚ ਆਪਾਂ ਗੁਰਦੁਆਰੇ ਜਾਤਾਂ ਦੇ ਨਾਂ 'ਤੇ, ਸਿਵੇ ਜਾਤਾਂ ਦੇ ਨਾਂ 'ਤੇ ਬਣਾਈ ਬੈਠੇ ਹਾਂ, ਮੈਂ ਕਹਿੰਦਾ ਉਹ ਇੱਕ ਕਰੋ। ਜਿਹੜਾ ਵੀ ਕੋਈ ਸਾਡੇ ਪਿੰਡ ਦਾ ਗਰੀਬ ਬੰਦਾ, ਸੰਗਰਾਂਦ ਵਾਲੇ ਦਿਨ 100-100 ਰੁਪਇਆ ਕੱਢਿਆ ਕਰੋ, ਕੋਈ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਇਲਾਜ ਕਰਾਓ, ਕੋਈ ਗਰੀਬ ਬੰਦਾ ਬਿਨਾਂ ਘਰ ਤੋਂ ਬੈਠਾ ਉਹਦਾ ਘਰ ਪਾ ਕੇ ਦਿਓ। ਮੈਂ ਇਹ ਕਹਿੰਦਾ ਫਿਰਦਾ, ਆਪਣੀ ਬੋਲੀ ਬਚਾਓ, ਆਪਣੇ ਪਾਣੀ ਸਾਂਭੋ, ਆਪਣੇ ਇਤਿਹਾਸ ਨੂੰ ਸਾਂਭੋ, ਬਾਹਰ ਨਾ ਭੱਜੋ, ਇੱਥੇ ਰਹਿ ਕੇ ਆਪਣੀਆਂ ਜ਼ਮੀਨਾਂ ਸੰਭਾਲ ਲਓ, ਠੀਕ ਹੈ, ਬਾਹਰੋਂ ਕਮਾਈ ਕਰਕੇ ਵਾਪਸ ਇੱਥੇ ਮੁੜ ਕੇ ਆਓ, ਨਸ਼ਿਆਂ ਤੋਂ ਬਚੋ। ਇਹ ਸਾਰੇ ਉਹ ਮੈਂ ਹੁੱਕੇ ਦੇਣ ਦਿੰਦਾ ਫਿਰਦਾ, ਹੋਰ ਮੈਂ ਇਹਨਾਂ ਨੂੰ ਇਹ ਨਹੀਂ ਕਹਿੰਦਾ ਫਿਰਦਾ ਵੀ ਮੇਰੇ ਨਾਲ ਜੁੜ ਜਾਓ, ਮੈਂ ਆਹ ਦੂੰ ਨਾ ਲਾਰੇ ਆ, ਨਾ ਮੇਰੇ ਕੋਲ ਵਾਅਦੇ ਹੈ, ਫੋਕੀਆਂ ਗੱਲਾਂ ਮੇਰੇ ਕੋਲ ਹੈ ਨਹੀਂ। ਮੈਂ ਤਾਂ ਆਉਣ ਵਾਲੇ ਖਤਰੇ ਬਾਰੇ ਸੁਚੇਤ ਕਰਦਾ ਫਿਰਦਾ ਵੀ ਭਾਈ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਕੀ ਆ, ਕਿਵੇਂ ਤੁਹਾਨੂੰ ਕਾਬੂ ਕਰਨਗੇ, ਨਿਊ ਐਜੂਕੇਸ਼ਨ ਪਾਲਿਸੀ ਕੀ ਆ, ਉਹ ਕਿਵੇਂ ਖਤਰਨਾਕ ਆ, ਕਿਵੇਂ ਤੁਹਾਡੇ ਜਵਾਕਾਂ ਨੂੰ ਬੋਲੀ ਵਿਰਸੇ ਤੋਂ, ਇਤਿਹਾਸ ਤੋਂ ਦੂਰ ਕਰੂਗੀ। ਇਹ ਸਾਰੀਆਂ ਗੱਲਾਂ ਮੈਂ ਦੱਸਦਾ ਫਿਰਦਾ, ਪਿੰਡ ਪਿੰਡ ਜਾਂਦਾ ਫਿਰਦਾ ਅਤੇ ਕੈ ਸਾਲ ਦਾ ਮੈਂ ਕਲਪਦਾ ਫਿਰਦਾ। ਅੱਜ ਮੈਂ ਯਾਤਰਾ 'ਤੇ ਨਿਕਲਿਆ ਅਤੇ ਸਿਰਫ ਇਸ ਕਰਕੇ ਕਿ ਲੋਕਾਂ ਦੇ ਜਿਹੜੀ ਗੱਲ ਹੈ, ਲੋਕਾਂ ਨੂੰ ਸੁਣਦਾ ਵੀ ਹਾਂ, ਲੋਕ ਸਵਾਲ ਵੀ ਕਰਦੇ ਆ। ਪਰ ਮੈਂ ਗੱਲ ਹੋਰ ਕਹਿਣਾ ਚਾਹੁੰਦਾ, ਮੈਨੂੰ ਸਵਾਲ ਬਹੁਤ ਆਪਣਾ ਜਸ ਆਏ ਆ ਪਿੰਡਾਂ 'ਚੋਂ। ਉਹ ਕਹਿੰਦੇ ਬਾਈ ਸਾਡੇ ਪਿੰਡਾਂ 'ਚ ਇੱਕ ਚੋਣ ਚਰਚਾ ਚੱਲਦੀ ਹੈ, ਕੋਈ ਤਾਂ ਕਹਿੰਦਾ ਜੀ ਇਹ ਭਵੰਤਰਾ ਛੱਡਿਆ ਹੋਇਆ, ਅੰਦਰ ਖਾਤੇ ਭਵੰਤਰਾ ਮਿਲਿਆ ਹੋਇਆ, ਕੋਈ ਕਹਿੰਦਾ ਇਹ ਬਾਦਲਾਂ ਦਾ ਛੱਡਿਆ ਹੋਇਆ, ਪਤਾ ਨਹੀਂ ਬਾਦਲਾਂ ਤੋਂ ਪੈਸੇ ਲੈ ਕੇ ਇਹ ਬਹਿ ਜੂਗਾ, ਪਤਾ ਨਹੀਂ ਉਹਨਾਂ ਨੂੰ ਖਰਚਾ ਲੈ ਕੇ ਤੁਰਿਆ ਫਿਰਦਾ, ਕੋਈ ਕਹਿੰਦਾ ਇਹ ਕਾਂਗਰਸੀਆਂ ਨਾਲ ਹੈ, ਕੋਈ ਕਹਿੰਦਾ ਏਜੰਸੀਆਂ ਦਾ ਬੰਦਾ। ਇਹੀ ਗੱਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਪ੍ਰਾਪੇ ਗੰਡਾ ਕਰੇ ਖਹਿਰੇ ਦੇ ਖਿਲਾਫ ਵੀ 19 'ਚ ਹੋਇਆ ਸੀ, ਵੀ ਇਹ ਤਾਂ ਹਰਸਿਮਰਤ ਨੂੰ ਜਿਤਾਉਣ ਆਇਆ ਭਾਈ, ਇਹ ਤਾਂ ਉਹਨਾਂ ਨੇ ਖੜਾ ਕੀਤਾ। ਇਹ ਪ੍ਰਾਪੇ ਗੰਡਾ ਮੌੜ ਚੋਣ 'ਚ ਵੀ ਹੋਇਆ ਸੀ ਮੇਰੇ ਖਿਲਾਫ ਕਿ ਇਹਦਾ ਜੀ ਜਿਤਾ ਦੂਗਾ ਬਾਦਲਾਂ ਨੂੰ, ਜਮੀਤ ਬਰਾੜ ਨੂੰ ਜਿਤਾਊਗਾ, ਝਾੜੂ ਦੀ ਵੋਟ ਤੋੜੂਗਾ। ਉੱਥੇ 20,000 ਵੋਟ ਪਈ ਜਮੀਤ ਨੂੰ, ਮੈਨੂੰ ਪਈ 29,000। ਅੱਜ ਵੀ ਇਹ ਪ੍ਰਾਪੇ ਗੰਡੇ ਚਲਾਉਣਗੇ ਕਿਉਂਕਿ ਮੀਡੀਆ, IT ਸੈੱਲ, ਸੋਸ਼ਲ ਮੀਡੀਆ ਦੇ ਇਹਨਾਂ ਦੇ ਬੰਦੇ ਐਕਟਿਵ ਨੇ, ਪਿੰਡਾਂ ਦੇ ਵਿੱਚ ਇਹਨਾਂ ਦੇ ਬੰਦੇ ਐਕਟਿਵ ਨੇ, ਉਹ ਚੁੰਝ ਚਰਚਾ, ਉਹ ਖੁੰਡ ਚਰਚਾ ਬੈਠ ਕੇ ਧੂੰਆਂ 'ਤੇ ਕਰਦੇ ਆ। ਉਹ ਸੋਨੂੰ ਕੀ ਪਤਾ ਇਹਦਾ ਭਵੰਤਨਾ ਸੈੱਟ ਹੈ, ਉਹ ਸੋਨੂੰ ਕੀ ਪਤਾ ਇਹਦਾ ਬਾਲਾਂ ਨੂੰ ਪੈਸੇ ਲੈ ਕੇ ਆਊਗਾ, ਇਹ ਤਾਂ ਉਹਦਾ ਪ੍ਰਚਾਰ ਕਰਦਾ, ਫਲਾਣੇ ਨੂੰ ਜਿਤਾਊ, ਫਲਾਣੇ ਦੀਆਂ ਵੋਟਾਂ ਤੋੜੂ। ਮੈਂ ਕਹਿੰਦਾ ਮੈਂ ਚੰਗਾ, ਮੈਂ ਮਾੜਾ, ਮੈਨੂੰ 1,000 ਗਾਲ ਕੱਢ ਲਿਓ, ਮੇਰੀ ਗੱਲ 'ਤੇ ਅਮਲ ਕਰ ਲਓ, ਮੈਂ ਕਹਿਣ ਕੀ ਆਇਆ ਤੁਹਾਨੂੰ, ਮੈਂ ਤੁਹਾਡੇ ਆਉਣ ਵਾਲੇ ਭਵਿੱਖ ਦੀਆਂ, ਤੁਹਾਡੀਆਂ ਨਸਲਾਂ ਦੀਆਂ ਗੱਲਾਂ ਕਰਨਾ ਆ। ਉਹ ਸੋਚਣਾ ਸਹਿਮਤ ਹੋ ਜੋ ਲੱਖਾ ਅਹਿਮ ਨਹੀਂ ਹੈ, ਲੱਖਾ ਗੱਲ ਕੀ ਕਰਦਾ, ਗੱਲ ਇਹ ਅਹਿਮ ਹੈ। ਅੱਛਾ, ਜਿਵੇਂ ਤੁਸੀਂ ਕਿਹਾ ਕਿ ਕੋਈ ਕਹਿੰਦਾ ਇਹਦਾ ਛੱਡਿਆ, ਕੋਈ ਕਹਿੰਦਾ ਉਹਦਾ ਛੱਡਿਆ, ਜੋ ਉਹਦਾ ਕੱਲ੍ਹ ਦਾ ਬਿਆਨ ਆਇਆ ਤੁਹਾਡਾ ਕਿ ਭਾਣੇ ਨਾਲ ਇਹ ਕੁਛ ਹੋਇਆ, ਉਹ ਲੋਕਾਂ ਦੇ ਵਿੱਚ ਇੱਕ ਹੋਰ ਨਵਾਂ ਸਵਾਲ ਆ ਕਿ ਲੱਖੇ ਸੋਹਣੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹਦੇ ਨਾਲ ਹੋਇਆ, ਕਿਤੇ ਅੰਦਰ ਖਾਤੇ ਗੱਲਬਾਤ ਨਹੀਂ ਹੁੰਦੀ ਤੁਹਾਡੀ, ਕੀ ਮਿੱਤਰਤਾ ਹੋਵੇ ਕੋਈ ਇੱਦਾਂ? ਸੁੱਖ ਜਗਰਾਵਾਂ ਮਿਲ ਕੇ ਆਇਆ, ਉਹਨੇ ਅੱਜ ਬਿਆਨ ਦਿੱਤਾ, ਉਹਦਾ ਚਾਚਾ ਮਿਲ ਕੇ ਆਇਆ, ਮੇਰੇ ਹੋਰ ਕਈ ਸਾਥੀ, ਉਹਦਾ ਅਮਨਾ ਭਰਾ ਛੋਟਾ ਉਹ ਮਿਲ ਕੇ ਆਇਆ, ਭਾਨਾ ਮੌੜ ਤੋਂ ਹੈ ਉਹ ਮਿਲ ਕੇ ਆਇਆ। ਜਦੋਂ ਮੇਰੀ ਸਾਰਿਆਂ ਨਾਲ ਗੱਲ ਹੋਈ, ਮੈਂ ਕਿਹਾ ਵੀ ਉਹ ਕਹਿੰਦੇ ਵੀ ਭਾਨਾ ਨੇ ਮਿਲ ਕੇ ਸਾਡੀ ਗੱਲਬਾਤ ਵੀ, ਉਹ ਕੱਲ੍ਹ ਜੇਲ੍ਹ ਛੱਡਣ ਤੋਂ ਪਹਿਲਾਂ ਉਹਨੇ ਸਾਰਾ ਦੱਸਿਆ ਵੀ ਮੇਰੇ ਨਾਲ ਕੀ ਵਾਪਰਿਆ। ਹੋਰ ਮੈਨੂੰ ਭਵੰਤ ਨੇ ਥੋੜ੍ਹੀ ਦੱਸਤਾ, ਜਾਂ ਉੱਥੋਂ ਦੇ CP ਨੇ ਦੱਸਤਾ ਵੀ ਅਸੀਂ ਆਹ ਕੁਛ ਕੀਤਾ, ਆਹ ਘਿਨਾਉਣਾ ਹਰਕਤਾਂ ਕੀਤੀਆਂ ਨੇ। ਸੋ ਇਹ ਬੁੱਚੜਪਣੇ ਦੀਆਂ ਹੱਦਾਂ ਪਾਰ ਕਰ ਰਿਹਾ ਭਵੰਤ। ਪਰ ਇਹ ਮੈਂ ਕਹਿਣਾ ਚਾਹੁੰਦਾ ਕਿ ਰੱਬ ਦਾ ਖੌਫ ਖਾ, ਅੱਤ 'ਤੇ ਖੁਦਾ ਦਾ ਵੈਰ ਹੁੰਦਾ, ਇੰਨਾ ਹੰਕਾਰ ਚੰਗਾ ਨਹੀਂ। ਇਹ ਪਾਵਰਾਂ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇੰਨਾ ਨਹੀਂ ਚਾਹੀਦਾ। ਇੰਨਾ ਨਿੱਜੀ ਹੋ ਕੇ ਤੂੰ ਦੁਸ਼ਮਣੀਆਂ ਕੱਢ ਰਿਹਾ ਯਾਰ, ਇੰਨਾ ਜ਼ੋਰ ਜਿੰਨਾ ਸਾਡੇ ਵਰਗ ਨੂੰ ਅੰਦਰ ਲਾਉਣ 'ਤੇ ਲਾ ਰਿਹਾ, ਇੰਨਾ ਜ਼ੋਰ ਚਿੱਟਾ ਰੋਕਣ 'ਤੇ ਲਾ ਦੇ, ਇੰਨਾ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਨੂੰ ਇਨਸਾਫ ਦੇਣ 'ਤੇ ਲਾ ਦੇ।
ਇੰਨਾ ਪੰਜਾਬ ਨੂੰ ਤੂੰ ਕਿਸੇ ਵਿਕਾਸ ਦੀ ਲੀਹ 'ਤੇ ਲਿਆ, ਉੱਥੇ ਤੂੰ ਗੱਲਾਂ ਦਾ ਕੜਾਹ ਬਣਾ ਦੇਈ ਜਾਂਦਾ, ਚੁਟਕਲੇ ਕਹਾਣੀਆਂ ਬਣਾ ਬਣਾ ਛੱਡੀ ਜਾਂਦਾ, ਅਤੇ ਸਾਡੇ ਵਰਗਿਆਂ ਨੂੰ ਤੂੰ ਫਸਾਉਣ ਨੂੰ ਫਿਰਦਾ। ਇਹਦਾ ਕਹਿੰਦਾ ਹੁੰਦਾ ਸੀਗਾ ਅਸੀਂ ਲੋਕਾਂ ਨੂੰ ਲੀਡਰਾਂ ਦੇ ਅੱਗੇ ਸਵਾਲ ਕਰਨ ਲਾਇਆ, ਅੱਜ ਸਾਡੇ ਸਵਾਲ ਰੜਕਣ ਲੱਗ ਗਏ, ਅੱਜ ਅਸੀਂ ਚੁੱਭਦੇ ਹਾਂ, ਸਾਨੂੰ ਚੱਕ ਕੇ ਸਵਾਲ ਪੌਦਿਆਂ ਅੰਦਰ ਦੇਣ ਲੱਗ ਗਏ। ਤੁਹਾਡੇ ਸਾਹਮਣੇ ਇੱਕ ਤਰੀਕ ਨੂੰ ਮੈਂ ਲੁਧਿਆਣੇ ਜਾਣਾ ਸੀ ਅਤੇ ਮੇਰੇ ਘਰ ਨੂੰ ਤੜਕੇ ਘੇਰਾ ਪੈ ਗਿਆ ਸੀ 2 ਵਜੇ ਵੀ ਲੁਧਿਆਣੇ ਨਹੀਂ ਜਾਣ ਦੇਣਾ। ਹੁਣ ਇਹ ਇੰਨਾ ਡਰਦੇ ਆ ਸਵਾਲ ਪੁੱਛਣ ਵਾਲਿਆਂ ਤੋਂ ਵੀ ਯਾਰ, ਜਿਵੇਂ ਪੈਸੇ ਬਣਵਾਉਣ ਇੰਨੇ ਲੋਕ ਆਉਂਦੇ, ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੈਗਾ ਜਾਂ ਜਿਹਦੇ ਵਿੱਚ ਏਜੰਟਾਂ ਉੱਪਰ ਕਾਰਵਾਈ ਕੀਤੀ ਹੋਵੇ ਕਿਸੇ ਉੱਤੇ ਵੀ? ਇਸੇ ਬੀਬੀ ਦੇ ਉੱਤੇ ਜਿਹਨੇ ਭਾਨੇ ਦੇ ਪਰਚਾ ਕਰਾਇਆ, 420 ਦੇ ਮੁਕੱਦਮੇ ਦਰਜ ਹੋਏ ਵੇ ਆ ਠੱਗੀ ਦੇ। ਕਿੰਨੇ ਲੋਕ ਅੱਜ ਤੁਸੀਂ ਤੁਹਾਡੇ ਤੁਹਾਡੀਆਂ ਇੰਟਰਵਿਊਆਂ ਤੁਸੀਂ ਤੁਹਾਡੇ ਚੈਨਲਾਂ 'ਤੇ ਹੋਈਆਂ ਨੇ, ਕਿੰਨੇ ਲੋਕ ਅੱਜ ਲੋਕ ਬੋਲ ਰਹੇ ਆ ਕਿ ਭਾਨੇ ਸਾਡਾ 10 ਲੱਖ ਮੰਡਵਾਇਆ, ਸਾਡਾ 20 ਮੰਡਵਾਇਆ, ਅਸੀਂ ਦੇਣਾ ਵੀ ਚਾਹੁੰਦੇ ਸੀ ਵੀ 1 ਲੱਖ ਰੁਪਇਆ ਲੈ ਲਾ ਸਾਂਝੇ ਸਾਂ 'ਤੇ ਲਾ ਦੇ, ਉਹਨੇ ਰੁਪਈਆ ਕਿਸੇ ਦਾ 5 ਪੈਸੇ ਦੀ ਚਾਹ ਨਹੀਂ ਪੀਤੀ ਕਿਸੇ ਕੋਲੋਂ। ਹਾਂਜੀ, ਇਸ ਤਸ਼ੱਦਦ ਤੋਂ ਬਾਅਦ ਭਾਨਾ ਜਾਂ ਲੱਖਾਂ ਪੈਰ ਪਿੱਛੇ ਪੱਟੂ? ਇਹ ਤਾਂ ਬਹੁਤ ਕੁਛ ਹੋਣਾ ਹਾਲੇ, ਇਹਦਾ ਸ਼ੁਰੂਆਤ ਹੈ। ਉਹ ਕਹਿੰਦੇ ਨੇ ਉਖਲੀ ਸਿਰ ਮੋਲਿਆਂ ਦਾ ਕੀ ਡਰ, ਜੇ ਕੱਫਣ ਬੰਨ ਕੇ ਤੁਰੇ ਹਾਂ ਤਾਂ ਫਿਰ ਤੁਰੇ ਹਾਂ। ਪਰ ਅਪੀਲ ਆ ਲੋਕਾਂ ਨੂੰ ਕਿ ਜਾਣ ਤੋਂ ਬਾਅਦ ਨਾ ਗੱਲਾਂ ਚੇਤਾ ਕਰਿਆ ਕਰੋ, ਜਿਉਂਦੇ ਜੀ ਨਾਲ ਖੜ੍ਹ ਜਾਓ। ਹੁਣ ਅਸੀਂ ਤੁਹਾਡੇ ਲਈ ਤੁਰੇ ਹਾਂ, ਤੁਹਾਡੇ ਲਈ ਅਸੀਂ ਆਸਾਨ ਨਹੀਂ ਕਰਨ ਤੁਰੇ, ਸਾਡੇ ਦਿਲਾਂ 'ਚ ਦਰਦ ਆ ਤਾਂ ਤੁਰੇ ਹਾਂ ਬਾਈ। ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਬੋਲੀ, ਵਿਰਸੇ, ਇਤਿਹਾਸ, ਪਾਣੀ, ਧਰਤੀਆਂ ਮਰ ਜਾਣ, ਸੱਭਿਅਤਾਵਾਂ ਮਰ ਜਾਣ ਅਤੇ ਅਸੀਂ ਘਰਾਂ 'ਚ ਕੁੰਡੇ ਲਾ ਕੇ ਬੈਠੇ ਰਹੇ। ਇਹ ਸਾਨੂੰ ਗਵਾਰਾ ਨਹੀਂ ਖਾਂਦਾ, ਸਾਡੀ ਜ਼ਮੀਰ ਨੂੰ, ਜ਼ਮੀਰ ਦੀ ਆਵਾਜ਼ ਸੁਣ ਕੇ ਤੁਰੇ ਹਾਂ, ਤੁਰੇ ਰਵਾਂਗੇ, ਅਖੀਰਲੇ ਸਾਥ ਤੁਰਾਂਗੇ, ਚਾਹੇ ਇਹ ਮਰਵਾ ਦੇਣ, ਚਾਹੇ ਅੰਦਰ ਸਿੱਟ ਦੇਣ, ਪਰ ਇਹ ਆਵਾਜ਼ ਨਹੀਂ ਬੰਦ ਕਰ ਸਕੇ।